ਨੰਬਰ 5 ਲੱਤ ਨੂੰ ਬਾਹਰ ਲਿਜਾਣਾ ਅਤੇ ਅੰਦਰ ਲਿਆਉਣਾ ਸਿੰਕ ਵੱਲ ਮੂੰਹ ਕਰਕੇ ਖੜ੍ਹੇ ਹੋਵੋ ਸਿੰਕ ਨੂੰ ਦੋਨੋਂ ਹੱਥਾਂ ਨਾਲ ਫੜੋ ਪੰਜਿਆਂ ਨੂੰ ਸਾਹਮਣੇ ਰੱਖਦੇ ਹੋਏ ਲੱਤ ਨੂੰ ਚੁੱਕ ਕੇ ਥੋੜ੍ਹਾ ਜਿਹਾ ਸਾਈਡ ਨੂੰ ਲੈ ਕੇ ਆਓ ਫਿਰ ਰੋਕੋ ਅਤੇ ਵਾਪਸ ਜਾਓ ਫਿਰ ਅਜਿਹਾ ਦੂਸਰੀ ਲੱਤ ਨਾਲ ਕਰੋ ਹਰ ਲੱਤ ਨਾਲ 2-3 ਵਾਰੀ ਕਰੋ ਸਰੀਰ ਦਾ ਉੱਪਰਲਾ ਹਿੱਸਾ ਨਾ ਹਿਲਾਓ ਜੇਕਰ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਵਾਰੀ ਕਰੋ ਹਰ ਲੱਤ ਨਾਲ 15 ਵਾਰੀ ਤੱਕ ਕਰੋ ਹਰ ਲੱਤ ਨਾਲ ਹੋਰ 15 ਵਾਰੀ ਤੱਕ ਕਰਨ ਦੀ ਕੋਸ਼ਿਸ਼ ਕਰੋ ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਕੱਟ ਫੜੋ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ